ਸਾਡੇ ਤਾਂ ਕੋਈ ਇਹੋ ਜਿਹਾ ਹੈ ਨਹੀਂ ਲੋਕਡਾਊਨ ਦਾ, ਨਾ ਅਸੀਂ ਕਰ ਸਕਦੇ ਹਾਂ ਕਿਉਂਕਿ ਸਰਕਾਰ ਨੇ ਹੀ ਯੂਨੀਅਨਾਂ ਤੋੜਤੀਆਂ ਨੇ। ਪ੍ਰਾਈਵੇਟ ਠੇਕੇਦਾਰ ਦਾ ਟੈਂਡਰ ਆ, ਅਸੀਂ ਉਹਦੇ ਵਿੱਚ ਕੁਛ ਨਹੀਂ ਕਰ ਸਕਦੇ। ਉਹਨੇ ਸਾਨੂੰ ਰੇਟ ਦੇ ਤੇ, ਅਸੀਂ ਜਿੰਨਾ ਖਿੱਚ ਧੂ ਕੇ ਵਧਾ ਸਕਦੇ ਸੀ ਉਹਦੇ ਰੇਟ, ਅਸੀਂ ਪਿਛਲੇ ਸਾਲਾਂ ਨੂੰ 100 ਰੁਪਇਆ ਤੱਕ ਦਾ ਵਧਾ ਤਾ। ਅਤੇ ਹੁਣ ਢੋਣਾ ਨਾ ਢੋਣਾ ਇਹਨਾਂ ਦੀ ਮਰਜ਼ੀ, ਇਹਨਾਂ 'ਤੇ ਕਿਹੜਾ ਕੋਈ ਦਬਾਅ ਆ, ਨਾ ਅਸੀਂ ਜ਼ਬਰਦਸਤੀ ਕਰ ਸਕਦੇ ਹਾਂ। ਪਹਿਲਾਂ ਸੀਗਾ ਚਲੋ ਯੂਨੀਅਨਾਂ ਸੀਗੀਆਂ, ਅਸੀਂ ਜ਼ਬਰਦਸਤੀ ਕਰ ਲੈਂਦੇ ਹੁੰਦੇ ਸੀ, ਹੁਣ ਵੀ ਚਲੋ ਭਾਈਚਾਰੇ ਨਾਲ ਹੀ ਚੱਲਣਾ ਹੁੰਦਾ ਸਾਰਾ ਕੁਛ। ਸਾਡੇ ਬੰਨਿਓਂ ਕੋਈ ਕਿਸੇ ਨਾਲ ਜ਼ੋਰ ਜ਼ਬਰਦਸਤੀ ਨਹੀਂ ਹੈਗੀ। ਠੇਕੇਦਾਰ ਦੀ ਹੁਣ ਜੇਬ 'ਚੋਂ ਤਾਂ ਪੈਸੇ ਕੱਢਣ ਰਹੇ ਸੀ, ਵੀ ਠੇਕੇਦਾਰ ਤੋਂ ਜ਼ਬਰਦਸਤੀ ਖੋਹ ਕੇ ਕਹੀਏ ਵੀ ਭਾਈ ਆਹ ਰੇਟ ਮਿਲੂਗਾ, ਜਿਹੜਾ ਹੁਣ ਠੇਕੇਦਾਰ ਰੇਟ ਦੇ ਰਿਹਾ ਉਹ ਤੋਂ ਵੱਧ ਅਸੀਂ ਲੈ ਨਹੀਂ ਸਕਦੇ। ਨਹੀਂ ਪਿਛਲੇ ਸਾਲ ਜਿਹੜਾ ਰੇਟ ਤੋਂ ਧੋਇਆ ਸੀ ਉਹਦੇ ਨਾਲ 100 ਰੁਪਇਆ ਅਸੀਂ ਵਧਵਾਇਆ ਵਾ ਕਹਿ ਕੇ, ਉਹਦੇ ਵਿੱਚ ਸਾਡਾ ਕੋਈ ਰੋਲ ਨਹੀਂ। ਜੇ ਕੋਈ ਹੋਰ ਬੰਦਾ ਜਾ ਕੇ ਉਹਨਾਂ ਨਾਲ ਠੇਕੇਦਾਰ ਨਾਲ ਗੱਲ ਕਰ ਸਕਦਾ, 10 ਬੰਦੇ ਜਾ ਕੇ ਕਰ ਸਕਦੇ, ਉਹਨਾਂ ਨੂੰ ਕੀ ਦਿੱਕਤ ਕੀ ਹੈ, ਉਹ ਜਾ ਕੇ ਗੱਲ ਕਰ। ਨਹੀਂ ਕੋਈ ਦਬਾਅ ਨਹੀਂ, ਉਹਨੇ ਆਪਣੀਆਂ ਗੱਡੀਆਂ ਲਾਈਆਂ ਹੋਈਆਂ ਨੇ, ਸਾਨੂੰ ਤਾਂ ਪੁਲਿਸ ਨੇ ਸਾਨੂੰ ਕਿਹੜਾ ਨਹੀਂ ਬੁਲਾਇਆ, ਉਹਨਾਂ ਨੇ ਸਾਨੂੰ ਕਿਹਾ ਵੀ ਕੋਈ ਤੁਸੀਂ ਰੋਕਣਾ ਨਹੀਂ ਕਿਸੇ ਗੱਡੀ ਨੂੰ ਜਿਹੜੀ ਠੇਕੇਦਾਰ ਦੀ ਲੱਗੂਗੀ, ਨਹੀਂ ਆ ਮੈਂ ਨਹੀਂ ਰੋਕਾਂਗੇ, ਇਹੀ ਕਰ ਸਕਦੇ। ਨਹੀਂ ਅਸੀਂ 1-2 ਵਾਰੀ ਕਹਿਣਾ ਸਾਡਾ ਫਰਜ਼ ਬਣਦਾ, ਕਿਉਂਕਿ ਸਾਡਾ ਗਾਹਾਂ ਨੂੰ ਜਾ ਕੇ ਇਹ ਕੰਮ ਬਹੁਤ ਜ਼ਿਆਦਾ ਖਰਾਬ ਹੋਣ ਵਾਲਾ ਵਾ। ਸਾਨੂੰ ਪਤਾ ਵਾ ਬਈ ਗਾਹਾਂ ਠੇਕੇਦਾਰ ਆ ਕੇ ਵੜ ਜਾਣਾ, ਇਹਨਾਂ ਮਨਮਰਜ਼ੀਆਂ ਜ਼ਿਆਦਾ ਕਰਨ ਲੱਗ ਜਾਣੀਆਂ ਨੇ। ਜਿਹੜਾ ਟਰਾਂਸਪੋਰਟ ਦਾ ਟੈਂਡਰ ਸਾਡੀ ਯੂਨੀਅਨ ਦੇ ਨਾਂ 'ਤੇ ਹੁੰਦਾ, ਅਸੀਂ 1-1 ਰੁਪਈਆ ਪੂਰਾ ਉਹਨਾਂ ਨੂੰ ਦਿੰਦੇ ਹਾਂ, ਕੋਈ ਹਿਸਾਬ ਪਿਛਲਾ ਜਦ ਮਰਜ਼ੀ ਚੱਕ ਕੇ ਦੇਖ ਲੈਣ। ਉਹ ਜਿਹੜਾ ਸਾਡੇ ਨਾਂ 'ਤੇ ਟੈਂਡਰ ਹੋਊਗਾ, ਯੂਨੀਅਨ ਦੇ ਨਾਂ 'ਤੇ ਟੈਂਡਰ ਹੋਊਗਾ, ਉਹਦਾ 1-1 ਰੁਪਈਆ ਇਹਨਾਂ ਨੂੰ ਦਿੱਤਾ ਜਾਂਦਾ ਹਿਸਾਬ ਨਾਲ। ਫਸਲ ਤਾਂ ਹੁਣ ਉਹ ਚੱਕੇ ਹੀ ਰਹੇ ਨੇ, ਠੇਕੇਦਾਰ ਚੱਕ ਰਿਹਾ ਜਿਹਦਾ ਟੈਂਡਰ ਉਹ ਚੱਕ ਰਿਹਾ ਵਾ, ਸਾਡਾ ਤਾਂ ਉਹਦੇ ਵਿੱਚ ਕੋਈ ਰੋਲ ਨਹੀਂ ਹੈਗਾ। ਟੈਂਡਰ ਕਰਤਾ ਨੇ ਆਪਣਾ ਮਾਲ ਚੱਕਣਾ, ਜਿਵੇਂ ਮਰਜ਼ੀ ਚੱਕੇ ਨਾ ਚੱਕੇ, ਜਿਹਨੂੰ ਪੜਤਾ ਹੋਊਗਾ ਉਹ ਲਾ ਲੂਗਾ, ਜਿਹਨੂੰ ਨਹੀਂ ਪੜਤਾ ਹੋਊਗਾ ਨਹੀਂ ਲਾਊ। ਸਾਡਾ ਭਾਈਚਾਰਾ, ਅਸੀਂ ਹਮੇਸ਼ਾ ਭਾਈਚਾਰੇ ਦੇ ਨਾਲ ਆ, ਉਹਨੇ ਦੇ ਭਾਈਚਾਰੇ ਦੇ ਫਾਇਦੇ ਲਈ ਅਸੀਂ ਗੱਲ ਕਰੀਦੀ ਆ। ਹੁਣ ਤੱਕ ਸੰਘਰਸ਼ ਕਰਦੇ ਰਹੇ, ਵੱਡੇ ਵੱਡੇ ਸੰਘਰਸ਼ ਕੀਤੇ, ਸੰਘਰਸ਼ ਨੂੰ ਢਾਲ ਆਉਣ ਵਾਲੇ ਵੀ ਸਾਡੇ ਵਿੱਚੋਂ ਹੀ ਸੀਗੇ, ਹੁਣ ਜਿਹੜੇ ਗੱਲ ਨੂੰ ਸਮਝ ਨਹੀਂ ਰਹੇ ਉਹ ਵੀ ਸਾਡੇ ਵਿੱਚੋਂ ਹੀ ਨੇ।